ਕੋਈ ਵੀ ਇੱਥੇ ਬੱਸ ਚਲਾਉਣ ਦੀ ਕੋਸ਼ਿਸ਼ ਨਾ ਕਰੇ। ਅਗਰ ਕਿਸੇ ਨੇ ਬੱਸ ਖੜਾਈ ਤਾਂ ਉਹਨੂੰ ਚਲਾ ਦਿੱਤਾ ਜਾਊਗਾ। ਸਾਰੇ ਜਿਹੜੀਆਂ ਬੱਸਾਂ ਬੱਸ ਸਟੈਂਡ ਦੇ ਅੰਦਰ ਰੋਕਣਗੇ, ਬੱਸ ਸਟੈਂਡ ਦੇ ਅੰਦਰ ਸਵਾਰੀ ਚੜਾਈ ਜਾਵੇ ਅਤੇ ਬੱਸ ਸਟੈਂਡ ਦੇ ਅੰਦਰ ਸਵਾਰੀ ਲਾਈ ਜਾਵੇ। ਅਗਰ ਕਿਸੇ ਨੇ ਚੌਂਕ ਦੇ ਵਿੱਚ ਬੱਸ ਖੜਾਉਣ ਦੀ ਕੋਸ਼ਿਸ਼ ਕੀਤੀ ਉਹਨੂੰ ਚਲਾ ਦਿੱਤਾ ਜਾਊਗਾ। ਟਰੈਫਿਕ ਨਿਯਮਾਂ ਦੀ ਪਾਲਣਾ ਕਰੋ, ਟਰੈਫਿਕ ਪੁਲਿਸ ਦਾ ਸਾਥ ਦਿਓ ਜੀ। ਸਤਿਕਾਰ ਦੋਸਤੋ, ਮੈਂ ਹਾਂ ਗੁਰਦੇਵ ਭੰਮ ਅਤੇ ਤੁਸੀਂ ਦੇਖ ਰਹੇ ਹੋ ਅਜੀਤ ਵੈਬ ਟੀਵੀ। ਅਸੀਂ ਮੌਜੂਦ ਹਾਂ ਮੋਗਾ ਦੇ ਜੋਗਿੰਦਰ ਸਿੰਘ ਚੌਂਕ ਦੇ ਵਿੱਚ, ਜੋ ਕਿ ਮੋਗਾ ਸ਼ਹਿਰ ਰੋਡ ਦਾ ਅਕਸਰ ਭੀੜ ਭਾੜਾ ਇਲਾਕਾ ਹੈ, ਜੇ ਟ੍ਰੈਫਿਕ ਕਾਫੀ ਹੁੰਦਾ ਸੀ। ਟ੍ਰੈਫਿਕ ਦੀ ਸਮੱਸਿਆ ਦੇਖਦੇ ਹੋਏ ਇਨਚਾਰਜ ਜਿਹੜਾ ਕਿ ਟ੍ਰੈਫਿਕ ਇਨਚਾਰਜ ਵੱਲੋਂ ਇਹ ਜਗ੍ਹਾ ਉੱਤੇ ਮੋਗਾ ਦੇ ਜੇ ਬੱਸ ਸਟੈਂਡ ਆ, ਬੱਸ ਸਟੈਂਡ ਦੀ ਐਂਟਰੀ ਗੇਟ ਆ, ਲੱਖਾਂ ਕਰੋੜਾਂ ਰੁਪਈਆ ਲਾ ਕੇ ਸਰਕਾਰ ਵੱਲੋਂ ਬੱਸ ਸਟੈਂਡ ਬਣਾਇਆ ਗਿਆ, ਪਰ ਉਸ ਦੇ ਬਾਵਜੂਦ ਵੀ ਇਹ ਜਗ੍ਹਾ ਉੱਤੇ ਬੱਸਾਂ ਅਕਸਰ ਖੜੀਆਂ ਹੁੰਦੀਆਂ ਸੀਗੀਆਂ। ਕਾਫੀ ਭੀੜ ਨੂੰ ਟ੍ਰੈਫਿਕ ਨੂੰ ਜਾਂ ਐਂਬੂਲੈਂਸ ਨੂੰ ਜਾਂ ਫਿਰ ਫਾਇਰ ਨੂੰ ਕਾਫੀ ਨੁਕਸਾਨ ਹੁੰਦਾ ਸੀਗਾ, ਤਾਂ ਭੀੜ ਕਾਫੀ ਹੁੰਦੀ। ਉਸ ਤੋਂ ਬਾਅਦ ਪ੍ਰਸ਼ਾਸਨ ਵੱਲੋਂ ਇੱਕ ਹਦਾਇਤ ਦਿੱਤੀ ਗਈ ਹੈ SSP ਮੋਗਾ ਵੱਲੋਂ ਕਿ ਇਹ ਜਗ੍ਹਾ 'ਤੇ ਕੋਈ ਬੱਸ ਨਹੀਂ ਲਗਾਈ ਜਾਏਗੀ, ਜੇਕਰ ਬੱਸ ਲਗਾਈ ਜਾਊਗੀ ਤਾਂ ਚਲਾਨ ਕੱਟਿਆ ਜਾਊਗਾ। ਇਹਨਾਂ ਨਾਲ ਮੌਜੂਦ ਨੇ ਟ੍ਰੈਫਿਕ ਇੰਚਾਰਜ ਸਰਦਾਰ ਹਰਜੀਤ ਸਿੰਘ ਜੀ, ਉਹਨਾਂ ਨਾਲ ਵੀ ਗੱਲ ਕਰਾਂਗੇ, ਉਹਨਾਂ ਇਸ ਬਾਰੇ ਕੀ ਕਹਿਣਾ ਕਿ ਕਿਸ ਤਰ੍ਹਾਂ ਦੇ ਜਿਹੜੇ ਹਾਲਾਤ ਨੇ। ਮੇਰੇ ਕੋਲ ਉਸ ਜਗ੍ਹਾ ਦੇ ਉੱਤੇ ਪੁਲਿਸ ਦੀ ਗੱਡੀ ਵੀ ਲੱਗੀ ਹੋਈ ਹੈ, ਮੈਂ ਕਿਵੇਂ ਦਿਖਾ ਜਾਵਾਂ, ਅਤੇ ਉਹਨਾਂ ਗੱਲ ਕਰਾਂਗੇ ਸਰਦਾਰ ਹਰਜੀਤ ਸਿੰਘ ਜੀ ਨਾਲ, ਉਹਨੇ ਇਸ ਬਾਰੇ ਕੀ ਕਹਿਣਾ। ਸਰ, ਟ੍ਰੈਫਿਕ ਇੰਚਾਰਜ ਦੀ ਬਹੁਤ ਸਮੱਸਿਆ ਸੀ ਮੋਗੇ ਦੀ, ਖਾਸ ਤੌਰ 'ਤੇ ਕੀ ਕਹੋਗੇ ਇਸ ਬਾਰੇ ਕਿ ਕਿਸ ਤਰ੍ਹਾਂ ਇੰਤਜ਼ਾਮ ਕੀਤੇ ਗਏ? ਸਭ ਨੂੰ ਪਹਿਲਾਂ ਪਿਆਰ ਭਰੀ ਸਤਿ ਸ਼੍ਰੀ ਅਕਾਲ ਜੀ। ਇਹ ਜਿਹੜਾ ਜੋਗਿੰਦਰ ਚੌਂਕ ਸਾਡਾ ਮੋਗੇ ਦਾ ਮੇਨ ਚੌਂਕ ਆ, ਅੱਗੇ ਬੱਸਾਂ ਵਾਲੇ ਇੱਥੇ ਸਾਰੇ ਸਵਾਰੀ ਨੂੰ ਇੱਥੇ ਬੱਸ ਸਟੈਂਡ 'ਤੇ ਚੜਾਉਂਦੇ, ਇੱਥੇ ਚੌਂਕ 'ਚ ਲਾ ਕੇ ਸਵਾਰੀ ਲਾਉਂਦੇ ਸੀਗੇ, ਇੱਥੋਂ ਹੀ ਚੜਾਉਂਦੇ ਸੀਗੇ। ਚਾਰ ਚਾਰ ਪੰਜ ਪੰਜ ਛੇ ਛੇ ਬੱਸਾਂ ਇਕੱਠੀਆਂ ਲੱਗ ਜਾਂਦੀਆਂ, ਜਾਮ ਲੱਗ ਜਾਂਦਾ ਸੀਗਾ। ਅਤੇ ਇਹ ਜਿਹੜਾ ਹੁਣ ਸਾਰਾ ਜਿਹੜਾ ਟ੍ਰੈਫਿਕ ਦਾ ਹੱਲ ਕੀਤਾ ਗਿਆ, ਸਾਰੀਆਂ ਬੱਸਾਂ ਬੱਸ ਸਟੈਂਡ ਦੇ ਅੰਦਰੋਂ ਚੱਲਣਗੀਆਂ, ਉੱਥੇ ਸਵਾਰੀ ਨੂੰ ਚੜਾਉਣਗੀਆਂ, ਉੱਥੇ ਲਾਉਣਗੀਆਂ, ਇਹ ਪੱਕੇ ਤੌਰ 'ਤੇ ਲਾਗੂ ਕਰ ਦਿੱਤਾ ਗਿਆ। ਅੱਗੇ ਤੁਸੀਂ ਦੇਖਿਆ ਆਮ ਦਿਨਾਂ ਦੇ ਵਿੱਚ ਵੀ ਜਾਮ ਲੱਗ ਜਾਂਦਾ ਸੀਗਾ, ਅਤੇ ਜਦੋਂ ਕੋਈ ਬਾਰਿਸ਼ ਭਾਰੀ ਪੈਂਦੀ ਸੀਗੀ ਤਾਂ ਭਾਰੀ ਜਾਮ ਲੱਗ ਜਾਂਦਾ ਸੀਗਾ। ਅੱਜ ਭਾਰੀ ਬਾਰਿਸ਼ ਹੋਈ, ਤੁਸੀਂ ਦੇਖੋ ਬਿਲਕੁਲ ਨਿਰੰਤਰ ਚੱਲ ਰਿਹਾ ਟ੍ਰੈਫਿਕ, ਬਿਲਕੁਲ ਵਧੀਆ ਰਿਸਪੋਂਸ ਮਿਲ ਰਿਹਾ, ਬਹੁਤ ਵਧੀਆ ਟ੍ਰੈਫਿਕ ਚੱਲ ਰਿਹਾ ਜੀ। ਜੀ SSP ਕਾਫੀ ਹੈ, DC ਕਾਫੀ ਹੈ, ਕਈ ਜਤਨ ਦਿੱਤੇ ਗਏ, ਪਾਲਣਾ ਘੱਟ ਹੁੰਦੀ ਸੀਗੀ, ਤੁਹਾਡੇ ਵੱਲੋਂ ਕਾਫੀ ਸਖਤੀ ਕੀਤੀ ਗਈ ਆ, ਕੋਈ ਬੱਸਾਂ ਚਲਾਉਣ ਵੀ ਕੱਟੇ ਜਾ ਰਹੇ ਖੜਨਗੀਆਂ? ਹਾਂਜੀ ਹਾਂਜੀ, ਪਹਿਲਾਂ ਅਸੀਂ GM ਸਾਹਿਬ ਨੂੰ ਬੇਨਤੀ ਕੀਤੀ ਹੈ ਜੀ ਵੀ ਉਹ ਆਪਣੀ ਪੱਧਰ 'ਤੇ ਡਰਾਈਵਰਾਂ ਅਤੇ ਕਨੈਕਟਰਾਂ ਨੂੰ ਹਦਾਇਤ ਕਰਨ, ਬੱਸ ਸਟੈਂਡ ਦੇ ਵਿੱਚੋਂ ਸਵਾਰੀ ਚੜਾਉਣ ਅਤੇ ਲਾਉਣ ਜੀ। ਉਹਨਾਂ ਨੇ ਆਪਦਾ ਆਦੇਸ਼ ਜਾਰੀ ਕਰਤਾ, ਜਿਹੜੇ ਨਿਯਮਾਂ ਦੀ ਪਾਲਣਾ ਨਹੀਂ ਕਰਦੇ ਉਹਨਾਂ ਦੇ ਚਲਾਨ ਕੱਟ ਰਹੇ। ਮੈਂ ਕਈ ਬੱਸਾਂ ਦੇ ਚਲਾਨ ਕੱਟੇ ਜਿਹੜੇ ਨਿਯਮਾਂ ਦੀ ਉਲੰਘਣਾ ਕਰਦੇ ਆ, ਔਰ ਜੇ ਗਾਂਹ ਵੀ ਕਰਨਗੇ ਤਾਂ ਸਖਤੀ ਨਾਲ ਚਲਾਨ ਕੀਤੇ ਜਾਣਗੇ। ਬਿਲਕੁਲ, ਜੇ ਨਿਯਮਾਂ ਦੀ ਪਾਲਣਾ ਨਾ ਕੀਤੀ ਗਈ ਚਲਾਨ ਵੀ ਕੱਟੇ ਜਾਣਗੇ। ਇਹ ਜਗ੍ਹਾ ਪਹਿਲਾਂ ਬੱਸਾਂ ਖੜਦੀਆਂ ਸੀ, ਅਸੀਂ ਵੀ ਮੋਗਾ ਸ਼ਹਿਰ ਵਾਸੀਆਂ ਨੂੰ ਅਪੀਲ ਕਰਦੇ ਹਾਂ ਕਿ ਹੁਣ ਤੁਹਾਨੂੰ ਮੋਗਾ ਬੱਸ ਸਟੈਂਡ ਦੇ ਆਉਣ ਲਈ ਬੱਸ ਸਟੈਂਡ ਦੇ ਬਾਹਰ ਕੋਈ ਵੀ ਬੱਸ ਨਹੀਂ ਦਿਖਾਈ ਦੇਵੇਗੀ, ਤੁਹਾਨੂੰ ਸਫ਼ਰ ਕਰਨਾ ਤੁਹਾਨੂੰ ਅੰਦਰ ਹੀ ਜਾਣਾ ਪਵੇਗਾ। ਕਿਤੇ ਨਾ ਕਿਤੇ ਮੋਗਾ ਪ੍ਰਸ਼ਾਸਨ ਵੱਲੋਂ SSP ਮੋਗਾ ਵੱਲੋਂ ਜਿਹੜੀ ਹਦਾਇਤ ਦਿੱਤੀ ਗਈ, ਪਾਲਣਾ ਕੀਤੀ ਗਈ ਟ੍ਰੈਫਿਕ ਇੰਚਾਰਜ ਹਰਜੀਤ ਸਿੰਘ ਵੱਲੋਂ, ਬਹੁਤ ਵਧੀਆ ਪਾਲਣਾ ਕੀਤਾ ਗਿਆ। ਕੈਮਰਾਮੈਨ ਟਿਕੂੜਨਾ, ਗੁਰਦੇਵ ਭੰਮ, ਅਜੀਤ, WebTV, ਮੋਗਾ। ਦੇਸ਼ ਦੁਨੀਆ ਦੀਆਂ ਤਾਜ਼ਾ ਖਬਰਾਂ ਦੇ ਲਈ ਹੁਣੇ ਪਲੇ ਸਟੋਰ ਤੋਂ ਡਾਊਨਲੋਡ ਕਰੋ ਪੰਜਾਬ ਦੀ ਆਵਾਜ਼ ਅਜੀਤ ਨਿਊਜ਼ ਐਪ। ਹੁਣ ਤੁਹਾਡਾ ਆਪਣਾ ਅਜੀਤ ਹਰ ਸੋਸ਼ਲ ਮੀਡੀਆ ਪਲੇਟਫਾਰਮ ਦੇ ਉੱਤੇ ਉਪਲਬਧ ਹੈ। ਫੇਸਬੁੱਕ ਦੇ ਉੱਤੇ ਹੁਣੇ ਲਾਈਕ ਅਤੇ ਫੋਲੋ ਕਰੋ ਅਜੀਤ ਦਾ ਆਫੀਸ਼ੀਅਲ ਪੇਜ ਡੇਲੀ ਅਜੀਤ, ਅਤੇ ਹਾਂ, ਨਾਲ ਹੀ ਦੋਸਤਾਂ ਨੂੰ ਪੇਜ ਲਾਈਕ ਕਰਨ ਦੇ ਲਈ ਇਨਵਾਈਟ ਕਰਨਾ ਨਾ ਭੁੱਲਣਾ। ਇੰਨਾ ਹੀ ਨਹੀਂ, ਹਿੰਦੀ ਦੇ ਵਿੱਚ ਖਬਰਾਂ ਵਾਸਤੇ ਲਾਈਕ ਅਤੇ ਫੋਲੋ ਕਰੋ ਸਾਡਾ ਫੇਸਬੁੱਕ ਪੇਜ ਅਜੀਤ ਸਮਾਚਾਰ ਹਿੰਦੀ। ਯੂਟਿਊਬ ਦੇ ਉੱਤੇ ਵੀਡੀਓ ਖਬਰਾਂ ਦੇਖਣ ਦੇ ਲਈ ਹੁਣੇ ਸਬਸਕ੍ਰਾਈਬ ਕਰੋ ਅਜੀਤ ਦਾ ਆਫੀਸ਼ੀਅਲ ਯੂਟਿਊਬ ਚੈਨਲ ਅਜੀਤ WebTV। ਤੁਹਾਡਾ ਆਪਣਾ ਅਜੀਤ ਹੁਣ ਟਵਿੱਟਰ ਅਤੇ ਇੰਸਟਾਗ੍ਰਾਮ ਦੇ ਉੱਤੇ ਵੀ ਉਪਲਬਧ ਹੈ। ਟਵਿੱਟਰ ਦੇ ਉੱਤੇ ਖਬਰਾਂ ਦੇ ਲਈ ਫੋਲੋ ਕਰੋ ਡੇਲੀ ਅਜੀਤ, ਅਤੇ ਇੰਸਟਾਗ੍ਰਾਮ ਦੇ ਉੱਤੇ ਖਬਰਾਂ ਦੇ ਨਾਲ ਨਾਲ ਵੀਡੀਓ ਦੇਖਣ ਦੇ ਲਈ ਫੋਲੋ ਕਰੋ ਬਲੂ ਟਿਕ ਵਾਲਾ ਸਾਡਾ ਆਫੀਸ਼ੀਅਲ ਚੈਨਲ ਡੇਲੀ ਅਜੀਤ। ਇੰਨਾ ਹੀ ਨਹੀਂ, ਅਜੀਤ ਦੇ ਵੀਡੀਓ ਹੁਣ ਤੁਸੀਂ Apple TV ਦੇ ਉੱਤੇ ਵੀ ਵੇਖ ਸਕਦੇ ਹੋ, ਅਤੇ ਨਾਲ ਹੀ ਅਜੀਤ ਅਖਬਾਰ ਦਾ ਡਿਜੀਟਲ ਐਡੀਸ਼ਨ ਪੜ੍ਹਨ ਦੇ ਲਈ ਡਾਊਨਲੋਡ ਕਰੋ ਅਜੀਤ E-paper ਐਪ। ਤੁਹਾਡਾ ਆਪਣਾ ਭਰੋਸੇਯੋਗ ਚੈਨਲ, ਤੁਹਾਡੀ ਆਪਣੀ ਆਵਾਜ਼, ਪੰਜਾਬ ਦੀ ਆਵਾਜ਼ ਅਜੀਤ।